ਪੰਜਾਬੀ ਮਾਂ ਬੋਲੀ ਨੂੰ ਸਨਮਾਨ ਦਿਲਵਾਉਣ ਦੇ ਲਈ ਲੜਾਈ ਲੜ ਰਹੇ ਕਰਨਾਟਕ ਦੇ ਮੂਲ ਨਿਵਾਸੀ ਅਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਦੇ ਸਹਾਇਕ ਪ੍ਰੋਫੈਸਰ ਪੰਡਿਤ ਰਾਓ ਧਨੇਵਰ ਨੇ ਹੁਣ ਅਸ਼ਲੀਲ ਸ਼ਰਾਬੀ ਅਤੇ ਹਥਿਆਰੀ ਗਾਣੇ ਗਾ ਚੁੱਕੇ ਪੰਜਾਬੀ ਗਾਇਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਉਹਨਾਂ ਨੇ 15 ਦਸੰਬਰ ਤੱਕ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਨਹੀਂ ਮੰਗੀ ਤਾਂ ਉਹ ਉਹਨਾਂ ਦੇ ਖਿਲਾਫ਼ ਹੁਣ ਹਾਈ ਕੋਰਟ ਵਿੱਚ ਲੜਾਈ ਲੜਨਗੇ। ਪੰਡਿਤ ਰਾਓ ਧਨੇਵਰ ਸੰਗਰੂਰ ਵਿੱਚ ਸਮਾਪਤ ਹੋਏ 3ਜੇ ਸੰਗਰੂਰ ਵਿਰਾਸਤੀ ਅਤੇ ਸਾਹਿਤਿਅਕ ਸੰਮੇਲਨ ਵਿੱਚ ਹਿੱਸਾ ਲੈਣ ਆਏ ਸੀ। ਪੰਡਿਤ ਰਾਓ ਧਨੇਵਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਨਮਾਨ ਦੀ ਲੱਦੀ ਜਾ ਰਹੀ ਲੜਾਈ ਦਾ ਹੁਣ ਪੰਜਾਬੀ ਲੇਖਕਾਂ ਅਤੇ ਲੋਕਾਂ ਨੇ ਵੀ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਸਨਮਾਨ ਦਿਲਾਉਣ ਲਈ ਮੈਨੂੰ ਕੰਮ ਕਰਨ ਦਾ ਮੇਰਾ ਧਰਮ ਹੈ ਅਤੇ ਇਨਸਾਫ਼ ਹੈ। ਪਰ ਇਸ ਪਵਿੱਤਰ ਪੰਜਾਬੀ ਭਾਸ਼ਾ ਦੇ ਵਿੱਚ ਲੱਚਰ, ਹਥਿਆਰੀ, ਸ਼ਰਾਬੀ ਗਾਣਾ ਗਾ ਕੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਅਪਵਿੱਤਰ ਕਰਨ ਵਾਲੇ ਉਹਨਾਂ ਗਾਇਕਾਂ ਨੂੰ ਮੈਂ 15 ਦਸੰਬਰ ਤੱਕ ਸਮਾਂ ਦਿੱਤਾ ਹੈ। ਜੇਕਰ ਉਹ ਪੰਜਾਬੀ ਮਾਂ ਬੋਲੀ ਤੋਂ, ਪੰਜਾਬੀ ਸੱਭਿਆਚਾਰ ਤੋਂ, ਪੰਜਾਬੀ ਲੋਕਾਂ ਤੋਂ ਮਾਫ਼ੀ ਨਹੀਂ ਮੰਗਣਗੇ ਤਾਂ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੈਂ ਸਪੈਸ਼ਲ ਐਪਲੀਕੇਸ਼ਨ ਮੂਵ ਕਰਕੇ ਇਹਨਾਂ ਦੇ ਖਿਲਾਫ਼ ਵਿਸ਼ੇਸ਼ ਪੱਧਰ 'ਤੇ ਕੇਸ ਚੱਲੇਗਾ। ਮੈਨੂੰ ਬਹੁਤ ਵਧੀਆ ਲੱਗਾ ਉਹਨਾਂ ਦਾ ਉਪਰਾਲਾ, ਔਰ ਮੈਨੂੰ ਸਭ ਤੋਂ ਵੱਡੀ ਜਿਹੜੀ ਚੀਜ਼ ਲੱਗੀ ਉਹਨਾਂ ਦੀ ਸਪਿਰਿਟ ਕਿ ਉਹ ਇਕੱਲੇ ਹੀ ਇਹ ਸਾਰਾ ਕੁਝ, ਹਾਲਾਂਕਿ ਅਸੀਂ ਤਾਂ ਟੀਮ ਦੇ ਤੌਰ 'ਤੇ ਕੰਮ ਕਰ ਰਹੇ ਹਾਂ, ਉਹ ਇਕੱਲੇ ਕਿਵੇਂ ਇਸ ਤਰ੍ਹਾਂ ਜਿਹੜੇ ਆ ਉਹ ਪੰਜਾਬੀ ਮਾਂ ਬੋਲੀ ਵਾਸਤੇ ਜਿਹੜਾ ਵਾ ਉਹ ਸਟਰਗਲ ਕਰ ਰਹੇ, ਜਦਕਿ ਖੁਦ ਉਹ ਪੰਜਾਬੀ ਨਹੀਂ ਹੈਗੇ, ਉਹ ਪੰਜਾਬ 'ਚ ਆਏ ਨੇ, ਪੰਜਾਬ 'ਚ ਰਹਿ ਰਹੇ, ਪਰ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਕਿੰਨਾ ਪਿਆਰ ਜਾਗਿਆ ਅਤੇ ਉਹਦੇ ਵਾਸਤੇ ਉਹ ਕੀ ਕੁਝ ਕਰ ਰਹੇ, ਮੈਨੂੰ ਉਹਨਾਂ ਦੀ ਸਪਿਰਿਟ ਬਹੁਤ ਵਧੀਆ ਲੱਗੀ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।